ਸਾਬਕਾ ਕੌਂਸਲਰ ਦਾ ਮੁੰਡਾ ਹੋਇਆ ਕਿਡਨੈਪ। ਹੋਮਗਾਰਡ ਨੇ ਸਾਥੀਆਂ ਸਮੇਤ ਕੀਤਾ ਸੀ ਅਗਵਾ। ਪਰਿਵਾਰ ਨੂੰ ਕਿਹਾ ਕਿ ਫੜਿਆ ਗਿਆ ਨਸ਼ੇ ਕਰਦਾ। ਕੇਸ ਰਫਾ ਦਫਾ ਲਈ ਮੰਗੀ 50,000 ਦੀ ਨਕਦੀ। ਤਾਂ ਦੱਸ ਦਈਏ ਕਿ ਇੱਕ ਸਾਬਕਾ ਕੌਂਸਲਰ ਦੇ ਮੁੰਡੇ ਨੂੰ ਇੱਕ ਹੋਮਗਾਰਡ ਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅਗਵਾ ਕਰ ਲਿਆ ਸੀ, ਜਿਸ ਤੇ ਪਰਿਵਾਰ ਨੂੰ ਫੋਨ ਕਰਕੇ ਕਿਹਾ ਗਿਆ ਕਿ ਇਹ ਨਸ਼ਾ ਕਰਦਾ ਫੜਿਆ ਗਿਆ ਤੇ ਕੇਸ ਰਫਾ ਦਫਾ ਕਰਨ ਲਈ ਉਹਨਾਂ ਤੋਂ 50,000 ਰੁਪਏ ਮੰਗੇ ਜਾਂਦੇ ਨੇ। ਜਿਸ ਤੋਂ ਬਾਅਦ ਜਦ ਪਰਿਵਾਰ ਪੈਸੇ ਲੈ ਕੇ ਮੌਕੇ ਤੇ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਫੋਨ ਤੇ ਉਸਦੇ ਨਾਲ ਗੱਲ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਉਹ ਪੈਸੇ ਲੈ ਕੇ ਚਲੇ ਜਾਂਦੇ ਨੇ ਤੇ ਅੱਗੇ ਜਾ ਕੇ ਉਸਦੇ ਮੁੰਡੇ ਨੂੰ ਛੱਡ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਸ ਹੋਮਗਾਰਡ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਦੋ ਲੋਕ ਹਲੇ ਵੀ ਫਰਾਰ ਚੱਲ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ, ਜਿੱਥੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਦਾ ਮੁੰਡਾ ਕਿਸੇ ਕੰਮ ਦੇ ਲਈ 10:30 ਵਜੇ ਮੰਡੀ ਦੇ ਵਿੱਚ ਗਿਆ ਸੀ, ਤਾਂ ਰਾਤ 10:11 ਵਜੇ ਵਟਸਐਪ ਰਾਹੀਂ ਕਾਲ ਆਉਂਦੀ ਹੈ, ਜਿਸ ਦੇ ਵਿੱਚ ਕੋਈ ਅਣਪਛਾਤਾ ਗੱਲ ਕਰ ਰਿਹਾ ਹੁੰਦਾ, ਜਿਸ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਲੜਕਾ ਨਸ਼ਾ ਕਰਦਾ ਫੜਿਆ ਗਿਆ, ਜੇਕਰ ਉਸਦੇ ਨਾਲ ਗੱਲ ਕਰਨੀ ਹੈ ਤਾਂ ਉਹ ਲਾਂਬੜ ਆ ਕੇ ਉਸਨੂੰ ਮਿਲਣ। ਅਤੇ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਨੇ 50,000 ਰੁਪਏ ਦੇ ਵਿੱਚ ਮਾਮਲਾ ਖਤਮ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉਸਨੇ ਆਪਣੇ ਲੜਕੇ ਜਸਪ੍ਰੀਤ ਸਿੰਘ ਨੂੰ ਪੈਸਿਆਂ ਦਾ ਇੰਤਜ਼ਾਮ ਕਰਨ ਦੇ ਲਈ ਲਾਂਬੜਾ ਨੇੜੇ ਪਹੁੰਚਣ ਲਈ ਕਿਹਾ। ਤਾਂ ਪੀੜਿਤ ਨੇ ਦੱਸਿਆ ਕਿ ਇਸ ਦੌਰਾਨ ਦੋ ਨੌਜਵਾਨ ਬਿਨਾਂ ਨੰਬਰੀ SUV ਤੇ ਆਏ ਅਤੇ ਸਾਡੀ ਕਾਰ ਤੋਂ 50 ਮੀਟਰ ਦੀ ਦੂਰੀ ਤੇ ਰੁਕ ਜਾਂਦੇ ਨੇ, ਜਿਸ ਤੋਂ ਬਾਅਦ ਦੋਸ਼ੀ ਨੇ ਉਸਦੇ ਲੜਕੇ ਨਾਲ ਫੋਨ ਤੇ ਗੱਲ ਕੀਤੀ ਤੇ ਉਸਨੂੰ ਕਾਰ 'ਚੋਂ ਉਤਰ ਕੇ ਉਕਤ ਨੌਜਵਾਨ ਨੂੰ ਪੈਸੇ ਸੌਂਪਣ ਲਈ ਕਿਹਾ, ਜਿਸ ਤੋਂ ਬਾਅਦ ਬਾਈਕ ਸਵਾਰ ਪੈਸੇ ਲੈ ਕੇ ਜਲੰਧਰ ਵੱਲ ਫਰਾਰ ਹੋ ਗਏ। ਤਕਰੀਬ ਸ਼ਾਮ ਦੇ 7 ਵਜੇ ਉਸਦੇ ਲੜਕੇ ਨੂੰ ਉਹ ਆਲੋਵਾਲ ਗੇਟ ਦੇ ਸਾਹਮਣੇ ਛੱਡ ਕੇ ਫਰਾਰ ਹੋ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਹੋਮਗਾਰਡ ਮੁਲਾਜ਼ਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਕੋਦਰ ਦੇ ਸਾਬਕਾ ਕੌਂਸਲਰ ਦੇ ਪੁੱਤ ਨੂੰ ਅਗਵਾ ਕੀਤਾ ਸੀ। ਤਾਂ ਸੂਤਰਾਂ ਮੁਤਾਬਿਕ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਸੀ ਕਿ ਉਹ ਨਸ਼ੇ ਦਾ ਆਦੀ ਸੀ, ਇਸੇ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਮਾਮਲੇ ਨੂੰ ਦਬਾਉਣ ਦੇ ਲਈ ਉਹਨਾਂ ਦੇ ਵੱਲੋਂ 50,000 ਰੁਪਏ ਮੰਗੇ ਗਏ ਸੀ। ਦੱਸਿਆ ਗਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੋਮਗਾਰਡ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੋ ਲੋਕ ਹਾਲੇ ਵੀ ਫਰਾਰ ਚੱਲ ਰਹੇ ਨੇ। ਮੇਰਾ 22 ਤਰੀਕ ਨੂੰ ਤਕਰੀਬਨ 10:30 ਵਜੇ ਬੱਚਾ ਗਿਆ ਮਰਾਸ਼ਾ ਰੋਡ 'ਤੇ ਸਮੋਸੇ ਲੈਣ ਵਾਸਤੇ, ਮੇਰੇ ਵਾਸਤੇ ਅਤੇ ਆਪਣੇ ਵਾਸਤੇ ਵੀ। ਉੱਥੋਂ ਹੀ ਕੋਈ ਅਣਸਪਾਤੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ। 11:10 'ਤੇ ਮੈਨੂੰ ਫੋਨ ਆਉਂਦਾ ਵਾ ਕਿ ਤੁਹਾਡਾ ਬੱਚਾ ਇੱਧਰ ਦਾ ਅਸੀਂ ਫੜ ਲਿਆ ਵਾ, ਇਹ ਗਲਤ ਕੰਮ ਕਰਦਾ ਸੀਗਾ, ਅਸੀਂ ਇਹਨੂੰ ਲੈ ਚੱਲੇ ਹਾਂ, ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲਾਂਬੜੇ ਆ ਜਾਓ। ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ, ਮੈਂ ਕਿਹਾ ਕਿੱਦਾਂ ਆਵਾਂ, 50,000 ਰੁਪਈਆ ਲੈ ਕੇ ਲਾਂਬੜੇ ਆਓ, ਸਾਨੂੰ ਮਿਲੋ, ਅਸੀਂ ਬੰਦਾ ਛੱਡ ਦਿੰਦੇ, ਹਾਲੇ ਸਾਡੇ 'ਤੇ ਗੱਲ ਆ, ਵੱਡੇ ਅਫਸਰਾਂ 'ਤੇ ਗੱਲ ਨਹੀਂ ਹੈਗੀ। ਅਸੀਂ ਜਾਂਦੇ ਹਾਂ, ਅਸੀਂ ਜਦੋਂ ਕਮਲ ਹਸਪਤਾਲ ਲੰਘੇ ਹਾਂ ਸਾਨੂੰ ਕਹਿੰਦੇ ਤੁਸੀਂ ਕਿੱਥੇ ਆ, ਅਸੀਂ ਕਿਹਾ ਕਮਲ ਹਸਪਤਾਲ, ਕਹਿੰਦੇ ਤੁਸੀਂ ਇੱਥੇ ਰੁਕੋ, ਕਿਤੇ ਨਾ ਕਿਤੇ ਅਤਾਜ ਟੂ ਦੇ ਕੋਲ ਰੁਕੋ ਅਤੇ ਬੰਦੇ ਸਾਡੇ ਆਉਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ। ਮੈਂ ਅਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਅਸੀਂ ਦੋਨੇ ਸੀਗੇ, ਅਸੀਂ ਉੱਥੇ ਰੁਕੇ ਹਾਂ 5-7 ਮਿੰਟ ਰੁਕੇ ਹਾਂ, ਉਹਨਾਂ 'ਚ ਉਹਨੂੰ ਦੋ ਮੁੰਡੇ ਆਏ ਆ, ਮੂੰਹ ਉਹਨਾਂ ਦੇ ਬੱਧੇ ਹੋਏ ਸੀ ਅਤੇ ਮੋਟਰਸਾਈਕਲ ਸੀਗਾ, ਸਪਲੈਂਡਰ ਨੰਬਰ ਪਲੇਟਾਂ ਹੈ ਨਹੀਂ ਸੀ, ਅਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ। ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ, ਤੁਸੀਂ ਸਾਡੇ ਕੋਲ ਆਓ, ਪੈਸੇ ਲਓ, ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ, ਪੈਸੇ ਤਾਂ ਦਿੰਦੇ ਹਾਂ, ਤੁਸੀਂ ਸਾਡੀ ਗੱਡੀ 'ਚ ਬੈਠੋ, ਸਾਡਾ ਮੁੰਡਾ ਸਾਨੂੰ ਦਿਓ ਅਤੇ ਸਾਡੇ ਕੋਲ ਪੈਸੇ ਲੈ ਲਓ। ਉਹ ਇੰਨੀ ਗੱਲ ਨਾ ਸਾਡੇ ਕੋਲ ਆਏ ਅਤੇ ਭੱਜ ਗਏ ਸਾਡੇ ਕੋਲੋਂ, ਅਸੀਂ ਉਹਨਾਂ ਦਾ ਪਿੱਛਾ ਕੀਤਾ, ਉਹ ਮਿਲੇ ਨਹੀਂ। ਮੁੜ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਹ ਦਿੱਤੀ ਆ, ਪੁਲਿਸ ਨੂੰ ਤਲਾਹ ਦਿੱਤੀ ਆ, ਪੁਲਿਸ ਸਾਰੀ ਦਿਹਾੜੀ ਮਤਲਬ ਟੈਲੀਫੋਨ ਮਿਲਾਉਂਦੀ ਰਹੀ, ਕਰਦੀ ਰਹੀ, ਹਿਸਾਬ ਲਾਇਆ, ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ। ਅਸੀਂ ਆ ਗਏ ਹਾਂ ਕੁਛ ਸ਼ਾਮੀ 7:00 ਵਜੇ, ਮੇਰਾ ਮੈਂ ਆਪਣੀ ਪੜਤਾਲ ਕਰਦਾ ਰਿਹਾ, ਭਾਈ ਨਾਟ ਕਰਦਾ ਰਿਹਾ ਪੁਲਿਸ ਨੂੰ ਤਲਾਹ ਦੇ ਕੇ, ਸ਼ਾਮੀ 7:30 ਵਜੇ ਮੁੰਡੇ ਨੂੰ ਆਲੋਵਾਲ ਦੇ ਗੇਟ 'ਤੇ ਲਾ ਗਏ ਆ, ਅਤੇ ਮੁੰਡੇ ਦਾ ਮੈਨੂੰ ਫੋਨ ਆਇਆ, ਮੈਂ ਮੁੰਡੇ ਨੂੰ ਜਾ ਕੇ ਉੱਥੋਂ ਆਲੋਵਾਲ ਤੋਂ ਘਬਰਾਇਆ ਸੀਗਾ, ਘਰ ਲਿਆਂਦਾ, ਉਹਨੂੰ ਪਾਣੀ ਪੂਣੀ ਪਿਲਾਇਆ,
ਲਾ ਕੇ ਤੇ ਉਹਨੂੰ ਰੋਂਦਾ ਰਿਹਾ, ਕਹਿੰਦਾ ਮੇਰੇ ਨਾਲ ਧੱਕਾ ਹੋਇਆ ਆਹ ਗੱਲ ਆ। ਮੈਂ ਕਿਹਾ ਹੋਇਆ ਕੀ ਆ? ਕਹਿੰਦਾ ਆਹ ਪਾਣਾ ਵਰਤਿਆ, ਮੈਨੂੰ ਤਾਂ ਪਿਸਤੌਲ ਮੇਰੇ ਰੱਖਦੇ ਸੀਗੇ, ਕਹਿੰਦੇ ਪਿਓ ਕੋ ਆਪਣੇ ਕੋ 50,000 ਰੁਪਇਆ ਮੰਗਾ, ਤੇ ਮੇਰੇ ਕੋ 50,000 ਦੀ ਹਿੰਮਤ ਨਹੀਂ, ਮੇਰੇ ਕੋ 50,000 ਦੀ ਹਿੰਮਤ ਹੁੰਦੀ ਤੇ ਮੈਂ ਠੀਕ ਸੀ। ਮੈਂ ਮਾੜਾ ਮੋਟਾ 10-20,000 ਰੁਪਇਆ ਲੈ ਕੇ ਗਿਆ ਸੀਗਾ ਕੋਲ। ਮੈਂ ਕਿਹਾ ਜੇ ਮੰਨਣਗੇ ਠੀਕ ਹੈ, ਨਾ ਮੰਨਣਗੇ ਨਾ ਸੀ। ਮਤਲਬ ਸਾਰੀ ਦਿਹਾੜੀ ਲੰਘੀ, ਮੁੰਡਾ ਘਰ ਆ ਗਿਆ, ਮੁੰਡੇ ਨੂੰ ਪੁੱਛਿਆ ਤੈਨੂੰ ਕਿਤੇ ਕਿਤੇ ਲੈ ਗਏ ਆ, ਕਿਤੇ ਕਿਤੇ ਹੋਈ? ਕਹਿੰਦਾ ਪਹਿਲੋ ਨੰਗਲਾ ਅੱਡੇ 'ਤੇ ਲੈ ਕੇ ਗਏ ਆ, ਫਿਰ ਮੁੱਧਾ ਅੱਡੇ 'ਤੇ ਲੈ ਕੇ ਗਏ ਆ। ਮੈਂ ਨੰਗਲਾ ਅੱਡੇ ਕੀ ਕੀਤਾ? ਕਹਿੰਦਾ ਕੋਕ ਪੀਤੀ ਆ, ਉੱਥੋਂ ID ਕਢਾਈ, ਫਿਰ ਮੈਂ ਮੁੱਧਾ ਅੱਡੇ ਤੋਂ ਜਾ ਕੇ ID ਕਢਾਈ, ਉਹਨਾਂ ਨੇ ਠੰਡਾ ਪੀਤਾ, ਫਿਰ ਉਹਨਾਂ ਦੀਆਂ ਫੋਟੋ ਲਈਆਂ, SHO ਸਾਹਿਬ ਨੂੰ ਸੈਂਡ ਕੀਤੀਆਂ। ਐਵੇਂ ਕਈ SHO ਸਾਹਿਬ ਨੂੰ ਜੋ ਸੈਂਡ ਕੀਤੀਆਂ, SHO ਸਾਹਿਬ ਨੂੰ ਟੈਲੀਫੋਨ ਕੀਤਾ, ਉਹ ਕਹਿੰਦੇ ਗੁਰਜੀ ਸਾਹਿਬ ਜੋ ਬਣਦੀ ਕਾਰਵਾਈ ਇਹਨਾਂ ਬੰਦਿਆਂ 'ਤੇ ਕੀਤੀ ਹੈ, ਸਖ਼ਤ ਕਾਰਵਾਈ ਕੀਤੀ ਗਈ। ਮੈਂ ਕਿਹਾ ਠੀਕ ਹੈ ਜੀ। ਉਹ ਮੈਨੂੰ ਵਿਸ਼ਵਾਸ ਦਵਾਇਆ ਪੁਲਿਸ ਨੇ, ਉਹ ਉਹਨਾਂ 'ਤੇ ਜੋ ਬਣਦੀ ਕਾਰਵਾਈ ਪੁਲਿਸ ਨੇ ਕਰ ਦਿੱਤੀ। ਅਤੇ ਕੁਛ ਪਹਿਚਾਣ ਵੀ ਹੋਈ ਆ? ਪਹਿਚਾਣ ਬੰਦਾ ਜਿਹੜਾ ਹੈਗਾ ਉਹ ਦੂਜਾ ਬੰਦੇ ਗੁਰਪ੍ਰੀਤ ਗੋਪੀ ਦੀ ਵੀ ਅਸੀਂ ਸ਼ਕਲ ਦੇਖੀ ਆ, ਮੁੰਡੇ ਸਾਡੇ ਨੇ। ਅਤੇ ਦੂਜਾ ਜਿਹੜਾ ਹੈਗਾ ਵਾ ਉਹ ਰੋਹਿਤ ਗਿੱਲ, ਉਹਦੀ ਪਹਿਚਾਣ ਹੋ ਗਈ, ਕਰਾਤੀ ਕਰ ਲਈ ਅਸੀਂ, ਮੇਰੇ ਬੇਟੇ ਨੇ ਕੀਤੀ, ਮੈਂ ਨਾਲ ਲੈ ਗਿਆ ਸੀ ਉਹਨਾਂ ਨੂੰ। ਸਰਕਾਰ ਤੋਂ, ਪ੍ਰਸ਼ਾਸਨ ਤੋਂ ਕੀ ਮੰਗ ਰਹੇ? ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਬਣਦੀ ਆ। ਜਿਹੜੇ ਸ਼ਹਿਰ ਵਾਸੀ ਇਹ ਜ਼ਿੰਮੇਵਾਰ ਬੰਦਿਆਂ ਦੇ ਬੱਚਿਆਂ ਨਾਲ ਇਹ ਹੁੰਦੇ ਨੇ, ਬਾਕੀ ਆਮ ਮੈਂ ਤਾਂ ਚਲੋ ਆਪਣੀ ਭਾਈ ਨੱਠ ਕਰਕੇ ਹਿਸਾਬ ਲਾ ਲਿਆ, ਆਮ ਵਸਨੀਕ ਨਾ, ਆਮ ਸ਼ਹਿਰਦਾਰੀ ਨਾ ਹੋਏਗੀ, ਉਹ ਕਿੱਥੋਂ ਇੰਨੀ ਭਾਈ ਨੱਠ ਕਰ ਸਕਦਾ ਵਿਚਾਰਾ? ਗਰੀਬ ਆਦਮੀ ਹੋਵੇ, ਕਿਸੇ ਗਰੀਬ ਦੇ ਬੱਚੇ ਨੂੰ ਚੱਕ ਕੇ ਲੈ ਜਾਣ ਕਰਨ, ਉਹ ਬੱਚਾ ਕੀ ਕਰੂਗਾ? ਬੰਦਾ ਕੀ ਕਰ ਸਕਦਾ? ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹੋਣਾ ਪਊਗਾ ਇਸ ਕੰਮ ਲਈ, ਜਿਹੜੇ ਇਹੋ ਜਿਹੇ ਬੰਦੇ ਪੰਜਾਬ ਪੁਲਿਸ 'ਚ ਹੋਣ ਜਾਂ ਕੋਈ ਵੀ ਕਿਸੇ ਮਹਿਕਮੇ 'ਚ ਹੋਣ, ਉਹ ਸਖ਼ਤ ਤੋਂ ਸਖ਼ਤ ਕਾਰਵਾਈ ਉਹਨਾਂ 'ਤੇ ਕੀਤੀ ਜਾਵੇ। ਮੈਂ ਪੁਲਿਸ ਦਾ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਵਿਸ਼ਵਾਸ ਦਿੱਤਾ ਮੈਨੂੰ ਔਰ ਕਾਰਵਾਈ ਕੀਤੀ। ਸਰ, ਜਿਹੜੀ 76 ਨੰਬਰ ਥਾਣਾ ਸਿਟੀ ਨਕੋਦੇ ਦੇ ਵਿੱਚ FIR ਦਰਜ ਕੀਤੀ ਗਈ ਹੈ, ਉਹਦਾ ਕੀ ਅਪਡੇਟ ਸੀ? ਇਹਦੇ ਵਿੱਚ ਜਿਹੜਾ 76 ਨੰਬਰ FIR ਲੌਂਚ ਕੀਤੀ ਗਈ ਹੈ, ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਕਿਡਨੈਪ ਕਰ ਲਿਆ, ਅਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50,000 ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਸੀ, ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹਦੇ ਵਿੱਚ 3 ਬੰਦੇ ਸ਼ਾਮਿਲ ਆ, ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲੈ ਗਏ ਸੀਗੇ ਸਵਿਫਟ ਗੱਡੀ ਦੇ ਵਿੱਚ। ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ, ਜਿਹੜੇ 3 ਜਣੇ ਸੀਗੇ ਉਹਨਾਂ ਦੇ ਵਿੱਚੋਂ 2 ਮੁਲਾਜ਼ਮ ਜਿਹੜੇ ਆ ਉਹ ਹੋਮਗਾਰਡ ਨਾਲ ਸੰਬੰਧਿਤ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗਿੱਲ, ਇੱਕ ਗੁਰਪ੍ਰੀਤ। ਰੋਹਿਤ ਗਿੱਲ ਅਤੇ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਅਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ 'ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ। ਅਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਅਤੇ ਰੋਹਿਤ ਗਿੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ। ਸਰ, ਜਿਹੜੇ ਮੁਲਾਜ਼ਮਾਂ 'ਤੇ ਪਰਚਾ ਦਰਜ ਕੀਤਾ ਗਿਆ, ਇਹਨਾਂ 'ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ? ਨਹੀਂ, ਇਹਨਾਂ 'ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈਗਾ। ਕੋਈ ਨਸ਼ਾ ਵਗੈਰਾ ਕਰਨ ਦੀ ਆਦੀ ਹੈਗੀ? ਇਹ ਹੁਣ ਇਹਨਾਂ ਟੈਸਟ ਵਗੈਰਾ ਕਰਾਵਾਂਗੇ, ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ। ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ, ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ? ਇਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਜਿਹੜੀਆਂ ਅਸੀਂ ਵੈਰੀਫਾਈ ਕਰਾਂਗੇ ਕਿ ਫਸਟ ਵਾਰ ਇਹ ਹੋਇਆ ਸੀਗਾ ਕਿ ਜਾਂ ਇਹ ਪਹਿਲਾਂ ਵੀ ਉਹੋ ਜਿਹੀ ਚੀਜ਼ ਕਰ ਚੁੱਕੇ। ਅਤੇ ਜਿਹੜਾ ਇਹਨਾਂ ਨੇ ਕਿਡਨੈਪਿੰਗ ਕੀਤੀ, ਕਿਹੜੀ ਗੱਡੀ 'ਚ ਕੀਤੀ ਅਤੇ ਕਿੱਥੇ ਲੈ ਕੇ ਗਏ, ਕੁਛ ਪਤਾ ਲੱਗਾ ਸੀ? ਇਹ ਸਵਿਫਟ ਡਿਜ਼ਾਇਰ ਸੀਗੀ, ਸਿਲਵਰ ਨੰਬਰ, ਸਿਲਵਰ ਕਲਰ ਦੀ ਸੀ ਗੱਡੀ, PB010 DA9913। ਇਹ ਵੱਖਰੇ ਵੱਖਰੇ ਏਰੀਏ ਦੇ ਵਿੱਚ ਇਹਨਾਂ ਨੂੰ ਘੁਮਾਈ ਗਿਆ ਲੋਕਲ ਦੇ ਵਿੱਚ, ਪਰ ਜਦੋਂ ਪੁਲਿਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ। ਠੀਕ ਹੈ ਸਰ, ਹੁਣ ਤੱਕ ਅਰੈਸਟ ਕਿਹਦੀ ਹੋਈ ਹੈ? ਹਾਲੇ ਇੱਕ ਸਿਰਫ ਰੋਹਿਤ ਗਿੱਲ ਦੀ ਜਿਹੜੀ ਅਰੈਸਟ ਹੋਈ ਆ, 2 ਜਿਹੜੇ ਆ, ਇੱਕ ਹੈਗਾ ਮੁੰਡਾ ਗੁਰਪ੍ਰੀਤ, ਇੱਕ ਉਹਨਾਂ ਨਾਲ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ।
ਉਹ ਹਲੇ ਅਰੈਸਟ ਬਾਹਰ ਹੈ। ਸਰ ਕਿਹੜੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ? ਇਹਦੇ ਵਿੱਚ ਅਸੀਂ ਜਿਹੜੀ 76 ਨੰਬਰ ਐਫ ਆਈ ਆਰ ਲੌਜ ਕੀਤੀ ਹੈ 386 342 506 511 34 ਆਈਪੀਸੀ ਦੇ ਅਧੀਨ ਐਫ ਆਈ ਆਰ ਲੌਜ ਕੀਤੀ ਹੈ। ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ? ਅਗਲੀ ਕਾਰਵਾਈ ਇਹ ਕਰਾਂਗੇ, ਪਹਿਲਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜਾਂਗੇ, ਅਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹਾ ਜਿਹੜੇ ਕਿੰਨੇ ਮੈਟਰ ਹੋ ਚੁੱਕੇ ਆ। ਸਰ ਜਿਹੜਾ ਰੋਹਿਤ ਗਿੱਲ ਫੜਿਆ ਹੈਗਾ ਵਾ, ਇਹ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ? ਨਹੀਂ, ਇਹਦੇ 'ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।